ਨਹੀਂ ਬਾਹਰ ਲੈ ਕੇ ਬਾਹਰ ਲੈ ਕੇ ਹੋਏ ਓ ਮਾਈ ਗੋਡ ਉਹ ਤਾਂ ਮੈਂ ਚੱਕੂ ਨਾ ਸਤਿ ਸ਼੍ਰੀ ਅਕਾਲ ਜੀ ਤੇ ਆਹ ਦੇਖੋ ਜੀ ਅੱਜ ਆ ਗਈ ਹੋਲੀ ਤੇ ਸਾਰਿਆਂ ਨੂੰ ਹੈਪੀ ਹੋਲੀ ਜੀ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਬਹੁਤ ਮੁਬਾਰਕਾਂ ਦੋਸਤੋ ਹੋਲੀਆਂ ਹਾਂਜੀ ਅਸੀਂ ਹੋਲੀ ਵਾਲਾ ਸਮਾਨ ਲਿਆ ਦਾ ਜੀ ਦੱਸੋ ਵੀ ਫਿਰ ਸਮਾਨ ਬਾਰੇ ਆਪਣੀ ਬੱਚਾ ਪਾਰਟੀ ਨੇ ਕੀ ਕੁਛ ਮੰਗਵਾਇਆ ਤੇ ਕੀ ਕੁਛ ਲੈ ਕੇ ਆਇਆ ਕਿਉਂਕਿ ਡੈਡੀ ਦੋਸਤੋ ਮੇਰੇ ਨਾਲ ਸਵੇਰੇ ਸਵੇਰੇ ਰਾਮੇ ਗਿਆ ਤੇ ਮੈਨੂੰ ਕਹਿੰਦਾ ਪਾਪਾ ਕਹਿੰਦਾ ਮੈਨੂੰ ਹੋਲੀ ਵਾਲਾ ਸਮਾਨ ਦਵਾ ਕੇ ਲਿਆ ਤੇ ਫਿਰ ਮੈਂ ਬਹੁਤ ਕੁਝ ਵਾਗ ਲਿਆਂਦਾ ਇੱਕ ਤਾਂ ਜੀ ਇਹ ਮੈਂ ਲਗਾ ਮਾਚਿਸ ਨਾਲ ਹੀ ਚਲਾਉਣੀ ਪੈਂਦੀ ਹੈ ਨਾ ਇਹ ਤੇ ਚਲਾ ਕੇ ਵੀ ਨਹੀਂ ਦੇਖੀ ਮੈਂ ਇੱਕ ਤਾਂ ਆ ਵਾਲੀਆਂ ਨੇ ਜੀ ਤਿੰਨ ਚਾਰ ਹਾਂਜੀ ਇਹ ਤਾਂ ਮਾਚਿਸ ਨਾਲ ਹੀ ਚਲਾਉਣੀਆਂ ਪੈਣੀਆਂ ਇੱਕ ਆ ਗਈ ਜੀ ਕਲਰ ਵਾਲੀ ਸਨੋ ਪੈਂਦੀ ਇਹਦੇ ਨਾਲ ਸਨੋ ਸਪਰੇ ਕਹਿੰਦੇ ਨੇ ਇਹਨੂੰ ਤੇ ਆ ਵਾਲੇ ਆ ਰਹੇ ਗੇ ਜੀ ਸੁੱਕੇ ਕਲਰ ਹੀ ਆ ਨਾ ਇਹ ਤਾਂ ਸਾਰੇ ਸੁੱਕੇ ਕਲਰ ਆ ਜੀ ਨੈਚੁਰਲ ਕਲਰ ਆ ਉਹਨਾਂ ਦੇ ਠੀਕ ਹੈ ਜੀ ਕੋਈ ਕੈਮੀਕਲ ਨਹੀਂ ਹੈਗਾ ਇਹਨਾਂ ਦੇ ਫਰੂਟ ਵਾਲੇ ਨੇ ਜੀ ਉਹ ਦੇਖ ਸਪਰੇ ਕੱਢ ਕੇ ਦੇਖ ਹੱਥ ਹਾਂਜੀ ਤੇ ਉਸ ਤੋਂ ਇਲਾਵਾ ਆ ਗਿਆ ਜੀ ਆਪਣਾ ਬੂਮ ਮਤਲਬ ਵੱਡੀ ਆ ਵੱਡੀ ਵਾਰੀ ਤੁਹਾਨੂੰ ਆਪਾਂ ਚਲਾ ਕੇ ਦਿਖਾਉਣੇ ਵੀ ਬਹੁਤ ਤਕੜੀ ਚੀਜ਼ ਆ ਇੱਕ ਵਾਰੀ ਤਾਂ ਲਾ ਗਏ ਸਾਰੇ ਖੁੱਲ ਗਿਆ ਨਹੀਂ ਬਾਹਰ ਲੈ ਕੇ ਬਾਹਰ ਲੈ ਕੇ ਹੋਏ ਓ ਮਾਈ ਗੋਡ ਉਹ ਤਾਂ ਚੱਕੂ ਨਾ ਰੱਖੋ ਕਿਤੇ ਅਸੀਂ ਨਾ ਮਕਾਲ ਗਈ ਆਪਾਂ ਇਹਦੇ ਹਜ਼ੂਰ ਜਿਹੜੇ ਪ੍ਰੋਗਰਾਮ ਲਾਉਣਾ ਵਧੀਆ ਚੀਜ਼ ਹੈ ਤੇ ਇਹਦੇ ਨਾਲ ਆਪਾਂ ਵੱਧ ਜਦੋਂ ਰੰਗ ਲਾਉਣਾ ਉਦੋਂ ਅਟੈਕ ਕਰਾਂਗੇ ਤੇ ਰਮਨ ਦੂਜਾ ਸਮਾਨ ਦਿਖਾ ਦੇ ਇਧਰੋਂ ਨੇ ਆਪਣਾ ਆ ਹੈ ਜੀ ਕਲਰ ਵਾਲੇ ਚ ਕਲਰ ਪੈਂਦਾ ਹੈ ਸੁੱਕਾ ਕਲਰ ਪਾ ਕੇ ਜੀ ਇਹਦੇ ਚ ਪਾਈ ਪਿਆ ਉਸ ਦਾ ਠੀਕ ਹੈ ਜੀ ਤੇ ਇਹ ਆਪਾਂ ਚਲਾ ਸਕਦੇ ਹਾਂ ਇਹ ਕਿ ਮੂਰ ਲਾਉਣ ਵਾਲਾ ਰਮਨੇ ਇੱਧਰ ਫੋਨ ਤੇ ਨਾ ਪਾ ਦਿਓ ਜੀ ਅੱਛਾ ਐਵੇਂ ਆ ਯਾ ਬੱਬੂ ਨੂੰ ਪਾ ਕੇ ਦਿਖਾ ਦੇ ਇਹ ਤਾਂ ਥੋੜਾ ਹੀ ਰੰਗ ਹੈ ਲਾੜਾ ਯਾ ਤੂੰ ਲਾੜਾ ਇਹਦੇ ਵਿੱਚ ਤੁਸੀਂ ਪਾ ਲਓ ਤੇ ਆ ਵੀ ਮਤਲਬ ਵੀ ਅੱਗ ਨਾਲ ਹੀ ਚੱਲੂਗਾ ਜੀ ਇੱਕ ਆ ਵਾਲਾ ਜੀ ਹਾਂ ਆ ਤਾਂ ਬੱਚੇ ਨੂੰ ਚਲਾਈ ਲੈ ਸਾਹ ਚਲਾ ਕੇ ਦੇਖਦੇ ਹਾਂ ਇੱਕ ਮਿੰਟ ਰਹਿਣ ਮੈਂ ਫੋਨ ਸਾਫ਼ ਕਰ ਲਾ ਇਹ ਚਲਾ ਕੇ ਦਿਖਾਉਣੇ ਆ ਸ਼ਰਟ ਤਾਂ ਪਾਈ ਨਹੀਂ ਕਹਿੰਦਾ ਨਹੀਂ ਪਾਉਂਦਾ ਮਾ ਚਲੋ ਫਿਰ ਕੈਪ ਲੈ ਲਾ ਹਾਂਜੀ ਕਿਉਂਕਿ ਸਾਡੀ ਆ ਤੇ ਕੀ ਮਿਲਦੀ ਆ ਉਹ ਤਾਂ ਮੀਨ ਚਲਾ ਕੇ ਘਰ ਤੇ ਕੈਮਰੇ ਤੇ ਪੈ ਓਏ 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 ਬਾਹਰ ਬੋਲੋ ਸੇ ਕੋ ਦੋਸਤ ਆਲਾ ਬੜੀ ਤੱਕ ਜੀ ਜਾ ਨੂਰ ਖਤਮ ਨਾ ਕਰਦੀ ਇਹਨਾਂ ਵੀ ਆਪਾਂ ਅਟੈਕ ਕਰਨਾ ਉਹਨਾਂ ਨੇ ਹੈ ਚਲੋ ਜੀ ਆ ਜਾ ਡੇ ਵੀ ਇੱਥੇ ਆਨੇ ਪੁੱਤ ਆ ਜਾ ਇਧਰ ਆ ਜਾ ਨਮਨ ਡੱਬੀ ਲੈਣੀ ਪਵਨ ਚਾਹ ਕੇ ਇੱਕ ਮਿੰਟ ਜੇ ਆ ਗਏ ਚੈੱਕ ਲੈ ਬਸ ਕਿਤੇ ਲਾਈਕ ਲਓ ਜੀ ਹੁਣ ਆਪਾਂ ਆਹ ਚੀਜ਼ ਚਲਾਉਣੀ ਹੈ ਵੀ ਬੜੀ ਸੋਹਣੀ ਚੱਲਦੀ ਹੈ ਦੋਸਤੋ ਓਏ ਉਰੇ ਆ ਜਾ ਇਧਰ ਉਰੇ ਆ ਵਾ ਚਲਾਈਏ ਕਰ ਲੈ ਓਏ ਸਰਮ ਲੈ ਤੂੰ ਕਰਕੇ ਚਲਾਈ ਇਹ ਰੰਗ ਹੀ ਨਿਕਲੇ ਚ
ਮਾਂ ਕਹਿੰਦੇ ਪਟਾਕਾ ਹੱਥ ਚ ਚੱਲ, ਕਹਿੰਦੇ ਪਟਾਕਾ ਹੱਥ ਚ ਚੱਲ, ਡੈਡੀ ਦੇਖੀਏ ਅਲੱਗ ਅਲੱਗ ਰੰਗ ਨਿਕਲਦੇ ਰਹਿਣੇ ਇਹਨਾਂ ਚੋਂ। ਕੁਛ ਲਾਜਤ ਜੀ ਵਾਲੇ ਇਹ ਨੀ ਕੰਮ ਜਾਵਾਂਗੀ ਜੀ। ਹਾਂ ਨੂਰਾ ਚਲੋ ਇਹਨੂੰ ਸਿੱਟ ਕੇ ਇੱਧਰ ਚਲੋ ਆ ਜਾਓ ਜੀ ਫਿਰ ਆ ਜਾਓ। ਲਾਉਣੀ ਪਊ ਜੀ ਲਿਕੁਇਡ ਵਾਲੇ ਆ ਗਏ ਜੀ ਕਲਰ ਅੱਛਾ ਪਾਣੀ ਚ ਵਾਲੇ ਆ ਗਏ ਜੀ ਠੀਕ ਹੈ। ਆਹ ਟਿਊਬ ਜੀ ਆ ਗਈ ਜੀ ਇਹ ਖੋਲੇ ਹਾਂਜੀ ਇਹੀ ਵਧੀਆ ਜੀ ਇਹੀ ਵਧੀਆ ਜੀ ਸਾਰਿਆਂ ਨਾਲ ਇਹਦੇ ਵਿੱਚ ਐਵੇਂ ਨੀ ਹੈਗਾ ਵੀ ਕਲਰ ਹੋਰ ਪਾਏ ਜਾਣਗੇ ਨਾ ਆਲੀ ਚਲਾ ਲਈ ਚਲੋ ਜੀ ਨਿਕਲ ਗਿਆ ਨੂਰ ਨੂੰ ਪਤਾ ਓਏ ਵਾਲੇ ਜੀ ਇਹ ਵੀ ਉਹੀ ਪਾਣੀ ਵਾਲੇ ਠੀਕ ਹੈ ਇਹ ਕਲਰ ਲਿਆਂਦੇ ਜੀ ਦੋਸਤੋ ਇੰਨੇ ਕਾ ਤੇ ਆਹ ਨੂਰ ਸਾਡੀ ਇੱਧਰ ਹੈ ਤਲਾਓ ਜੀ ਫਿਰ ਤਲਾ ਦੋ ਲਓ ਜੀ ਇੱਕ ਚੱਲਿਆ ਨੀ ਦੂਜਾ ਹੋਏ ਹਰੇ ਵਾਲਾ ਤਾਂ ਚੱਲਿਆ ਨੀ ਹਨਾ ਖਤਮ ਹੋ ਗਿਆ ਜੀ ਇਹਦੀ ਗੈਸ ਮੁੱਕ ਗਈ ਦੋਸਤੋ ਗੈਸ ਮੁੱਕ ਗਈ ਕਿਉਂਕਿ ਕਾਫੀ ਟਾਈਮ ਹੋ ਗਿਆ ਸੀ ਇਹਨੂੰ ਪਏ ਨੂੰ ਤੇ ਲੱਗਦਾ ਗੈਸ ਮੁੱਕ ਗਈ ਜੀ ਸਾਡੇ ਕੈਮਰੇ ਕੂਮਰੇ ਵੀ ਰੰਗ ਨਾਲ ਭਰੇ ਪਏ ਆ ਦੋਸਤੋ ਸਾਰੇ ਹਾਂਜੀ ਲਓ ਜੀ ਮੈਨੂੰ ਵੀ ਦੇਖ ਲੈਂਦਾ ਚਲਾ ਕੇ ਲਓ ਜੀ ਲਓ ਜੀ ਹੈਪੀ ਹੋਲੀ ਜੀ ਇਹ ਵੀ ਮੁੱਕ ਗਿਆ ਇਹ ਵੀ ਮੁੱਕ ਗਿਆ ਜੀ ਇਹ ਤਾਂ ਹੋ ਗਿਆ ਫੇਲ ਫਲੌਪ ਹੋ ਗਿਆ ਇੰਨਾ ਕੀ ਸੀ ਲਓ ਜੀ ਰੱਖੋ ਹੁਣ ਇਹਨੂੰ ਚਲੋ ਜੀ ਹੁਣ ਦੂਜਾ ਤਲਾ ਰਵਣ ਦੂਜਾ ਤਲਾ ਡੈਵੀ ਕਹਿੰਦਾ ਆਹ ਖੋਲ ਕੇ ਦਿਓ ਜੀ ਮੈਨੂੰ ਅਲੱਗ ਅਲੱਗ ਸਾਰਿਆਂ ਦੀਆਂ ਅਲੱਗ ਅਲੱਗ ਫਰਮਾਇਸ਼ਾਂ ਚੱਲੀ ਜਾਂਦੀਆਂ ਨੇ ਐਤਕੀ ਤਾਂ ਰਮਣੇ ਨਜ਼ਾਰਾ ਆ ਗਿਆ ਨਾ ਹੋਲੀ ਖੇਡਣ ਦਾ ਤੇ ਹੋਰ ਜੀ ਅੱਜ ਸੁੱਕੇ ਰੰਗ ਨਾਲ ਹੀ ਖੇਡੇ ਆ ਜੀ ਆਹ ਦੇਖਾ ਇਹ ਕਾਪ ਹੈ ਓ ਦੇਖੀ ਦੇਖੀ ਕੈਮਰਾ ਦੀ ਰੰਗ ਪਾਈ ਜਾਂਦੇ ਅੱਜ ਦਾ ਜੀ ਕੈਮਰਿਆਂ ਨੇ ਵੀ ਹੋਲੀ ਖੇਡ ਲਈ ਸਾਡਾ ਨੂਰ ਪੁੱਤ ਚਲਾਉਂਦਾ ਜੀ ਉਹ ਫੋਨ ਭਰਤਾ ਹੁਣ ਨੂਰ ਪੁੱਤ ਇੱਧਰ ਨਾ ਪਾ ਤੇ ਹੁਣ ਜੀ ਇੱਕ ਚੀਜ਼ ਰਹਿ ਗਈ ਚਲਾ ਕੇ ਦਿਖਾਉਣ ਵਾਲੀ ਆਹ ਵੀ ਦਿਖਾ ਦਿਓ ਨੂਰ ਦੇਖੀ ਆਹ ਦੇਖੀ ਇਹਦੇ ਤੇ ਪਾ ਦਿੱਤਾ ਤੈਂ ਆਹ ਸਾਰਾ ਭਰਤਾ ਦੋਸਤੋ ਇਹਦਾ ਮੈਨੂੰ ਲੱਗਦਾ 2-3 ਦਿਨ ਲੱਗਣਗੇ ਰੰਗ ਲਾਉਣ ਤੇ ਇਹਦੇ ਤੋਂ ਤੇ ਹੋਰ ਜੀ ਇਹ ਕਿਹੜਾ ਨਿਕਲਣਾ ਆਹ ਸਾਰਿਆਂ ਨੂੰ ਘੈਂਟ ਚੀਜ਼ ਲੱਗੀ ਦੋਸਤੋ ਇਹ ਵਧੀਆ ਚੱਲਦਾ
ਪਟਾਕਾ ਜਾ। ਹਾਂਜੀ ਇੱਥੇ ਫੜ ਕੇ ਲਾਹ ਕਰਨਾ ਜੀ ਹੌਲੀ ਹੌਲੀ ਘੇਰਾ ਪਹਿਲਾਂ ਅੱਗ ਜੀ ਨਿਕਲਦੀ ਫਿਰ ਰੰਗ ਨਿਕਲਣ ਲੱਗਦਾ ਇਹਦੇ ਚੋਂ ਜੈਲੋ ਕਲਰ ਲੱਗਦਾ ਇਹ। ਨੂਰ ਹੈਪੀ ਹੋਲੀ ਜੀ, ਹੈਪੀ ਹੋਲੀ ਜੀ ਸਾਰਿਆਂ ਨੂੰ ਹੈਪੀ ਹੋਲੀ। ਲਓ ਜੀ ਇਹ ਵੀ ਫੁੱਸ ਹੋ ਗਿਆ ਤੇ ਹੁਣ ਰਹਿ ਗਏ ਜੀ ਇਕੱਲੇ ਸੁੱਕੇ ਕਲਰ। ਸੁੱਕੇ ਕਲਰਾਂ ਨਾਲ ਬਹੁਤ ਖੇਡ ਲਏ ਜੀ ਪਹਿਲੀਆਂ ਜੀ ਤੇ ਹੁਣ ਕਰਦੇ ਜੀ ਨਹਾਉਣ ਦੀ ਤਿਆਰੀ। ਹੁਣ ਨਹਾਉਣੇ ਆ ਜੀ, ਬਸ ਬਹੁਤ ਖੇਡ ਲਈ ਹੋਲੀ, ਖੇਡ ਲਈ ਅੱਜ ਸਾਰੀ ਧਰਤੀ ਰੰਗਾਂ ਨਾਲ ਰੰਗਤੀ। ਦੇਖੋ ਦੋਸਤੋ ਮੈਂ ਵੀ ਭੂਤ ਬਣਿਆ ਫਿਰਦਾ ਜੀ। ਹਾਂਜੀ ਹਜੇ ਤਾਂ ਦੋ ਦੋ ਤਿੰਨ ਤਿੰਨ ਵਾਲੀ ਮੂੰਹ ਧੋ ਲਈ ਦੁਬਾਰਾ, ਫਿਰ ਕੋਈ ਨਾ ਕੋਈ ਆ ਜਾਂਦਾ ਰੰਗ ਲਾਉਣ ਤੇ ਅੱਜ ਤੱਕ ਬੱਚੇ ਫਿਰ ਉਧਰ ਭੱਜ ਗਏ। ਚਲੋ ਕੋਈ ਗੱਲ, ਤੇ ਸੇਵੀਆਂ ਦੋਸਤੋ ਅਸੀਂ ਬਣਾ ਕੇ ਖਾ ਲਈਆਂ ਸੀ ਜੀ ਉਦੋਂ ਥੋੜਾ ਜਿਹਾ ਬਲੌਗ, ਕਿਉਂਕਿ ਲਿਬੜੇ ਤਿਬੜੇ ਸੀਗੇ ਹਨਾ, ਕੈਮਰੇ ਕੁਮਰੇ ਕੇ ਅੰਦਰ ਪਏ ਸੀਗੇ ਤਾਂ ਕਰਕੇ ਉਹ ਵਿੱਚ ਦਿਖਾਇਆ ਨਹੀਂ ਗਿਆ ਪਾਠ। ਹਾਂਜੀ ਤਿਆਰ ਸੀਗਾ, ਮੈਂ ਚਲੋ ਕੁਛ ਮਿੱਠਾ ਬਣਾ ਲੈਨੇ ਆ ਜੀ। ਫਿਰ ਬਣਾ ਲੈ, ਤਿਆਰ ਤੇ ਤਾਂ ਰਮਣ ਜ਼ਰੂਰੀ ਆ ਹਨਾ। ਹਾਂਜੀ ਸਹੀ ਗੱਲ ਹੈ, ਤੇ ਮਿੱਠੀਆਂ ਸੇਵੀਆਂ ਹੀ ਬਣਾ ਲਈਆਂ ਜੀ, ਸੇਵੀਆਂ ਪਈਆਂ ਸੀ ਘਰੇ, ਸੇਵੀਆਂ ਬਣਾ ਕੇ ਖਾ ਲਈਆਂ ਤੇ ਟੀ-ਸ਼ਰਟਾਂ ਦੋਸਤ ਸਾਰਿਆਂ ਨੇ ਸਾਡੇ ਹੈਪੀ ਹੋਲੀ ਵਾਲੀਆਂ ਪਾਈਆਂ ਹੋਈਆਂ ਜੀ। ਹਾਂਜੀ ਮੈਂ ਤਾਂ ਫਿਰ ਸੂਟ ਉੱਤੋਂ ਦੀ ਪਾ ਲਈ ਜੀ। ਹਣਾ ਚਿੱਟੀਆਂ ਜਾਂ ਟੀ-ਸ਼ਰਟ ਤੇ ਜਦੋਂ ਰੰਗ ਲੱਗ ਜਾਂਦੇ ਉਹ ਸੋਹਣੀਆਂ ਲੱਗਦੀਆਂ, ਸੋਹਣੀਆਂ ਲੱਗਦੀਆਂ ਨੇ। ਹਾਂਜੀ ਹਾਂਜੀ ਸਹੀ ਗੱਲ ਹੈ ਜੀ। ਵੱਡੀ ਗੱਲ ਤਾਂ ਇਹ ਆ ਵੀ ਚਲੋ ਤਿਉਹਾਰ ਆ ਦੋਸਤੋ, ਤਿਉਹਾਰ ਕਿਹੜਾ ਰੋਜ਼ ਰੋਜ਼ ਆਉਂਦਾ। ਹਾਂਜੀ ਤੇ ਤਿਉਹਾਰ ਬਣਾਉਣਾ ਚਾਹੀਦਾ, ਬਾਕੀ ਸਾਰਿਆਂ ਨੂੰ ਰਲ ਮਿਲ ਕੇ ਹੀ ਬਣਾਉਣਾ ਚਾਹੀਦਾ ਜੀ। ਜਾਤਾਂ ਪਾਤਾਂ ਨਾਲ ਤਿਉਹਾਰ ਦਾ ਕੋਈ ਮਤਲਬ ਉਹ ਨਹੀਂ ਹੋਣਾ ਚਾਹੀਦਾ ਹਨਾ। ਹਾਂਜੀ ਸਹੀ ਗੱਲ ਹੈ ਜੀ। ਬਸ ਸਾਰਿਆਂ ਨੂੰ ਹੋਲੀ ਤੇ ਹੋਲੀ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਜੀ। ਵਾਹਿਗੁਰੂ ਹਮੇਸ਼ਾ ਬਹੁਤ ਵਧਾਈਆਂ ਜੀ ਸਾਰਿਆਂ ਲਈ, ਮਤਲਬ ਆਏ ਸਾਲ ਖੁਸ਼ੀਆਂ ਭਰਿਆ ਲੈ ਕੇ ਆਵੇ। ਸੋ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ। ਵੀਡੀਓ ਦੇਖਣੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ।